ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਗਦ ਵਾਸਤੇ ਥੋੜ੍ਹੇ ਜਿਹੇ ਟੋਇਜ਼ ਜਿਹੇ ਲਏ ਸੀਗੇ ਉੱਤੇ, ਉਹ ਗੱਡੀ 'ਚ ਹੀ ਪਏ ਸੀਗੇ ਉੱਤੇ, ਮੈਂ ਕੱਢੇ ਹੀ ਨਹੀਂ। ਸੋ ਹੁਣ ਮੈਂ ਕੱਢਿਆ ਜੀ, ਆਪਾਂ ਅੰਗਦ ਦੀ ਰਿਐਕਸ਼ਨ ਦੇਖਦੇ ਹਾਂ, ਥੱਲੇ ਲੈ ਕੇ ਚੱਲਦੇ ਹਾਂ। ਟੈਂ ਟੈਂ ਓ ਮਾਈ ਗੋਡ ਅੰਗਦ ਅੰਗਦ ਆ ਕੀ ਹੋ ਬੱਤਾ ਕਿਤੇ। ਮੈਂ ਇੱਕ ਟਰੱਕ ਚੱਕ ਰਿਹਾ ਸੀਗਾ ਉਸਦੇ, ਪਰ ਇਹ 'ਚ ਫੋਰ ਨੇ, ਪਰ ਉਹ ਘੈਂਟ ਵਾਲਾ ਸੀ, ਉਹ ਵੱਡਾ ਸੀਗਾ। ਅੰਕਲ ਆਹ ਦੇਖ, ਅੰਕਲ ਦੇਖੋ ਕ੍ਰੇਨ। ਅੰਕਲ ਨਹੀਂ ਫਾਇਰ ਟਰੱਕ ਹੈ, ਇੱਕੇ ਦਾ ਆਹ, ਇੱਕੇ ਦੀ ਆ ਕਾਰ ਹੈ, ਇਹਨਾਂ ਨਾਲ ਖੇਡਦਾ ਰਹਿੰਦਾ ਸੀਗਾ। ਆਹ ਦੇਖ ਐ ਕਾਰਟ, ਸੋਹਣਾ ਲੱਗਿਆ ਤੈਨੂੰ। ਥੈਂਕ ਯੂ ਡੈਡੀ, ਸੇ ਥੈਂਕਸ ਟੂ ਡੈਡੀ। ਅੰਗਰ ਪਾਣੀ ਨਾ ਕਰ ਦੋ ਪੁੱਤ, ਆ ਪਾਰਕ ਚ ਸਾਰੇ ਲੈ ਕੇ ਜਾ ਸਕਦੇ ਹਾਂ ਨਾ, ਖੇਡ ਸਕਦਾ ਉੱਥੇ ਹੈ ਨਾ। ਹਾਂਜੀ, ਪਰ ਆ ਵੱਡਾ ਟਰੱਕ ਤੇ ਸ਼ਾਇਦ ਹੋ ਜੇ। ਆ ਦੇਖੋ ਕਿ ਇਹਨੂੰ ਵੀ ਫਾਇਰ ਟਰੱਕ ਨੂੰ ਵੀ ਚੜਾ ਲਓ, ਐ ਗੱਡੀ ਨੂੰ ਵੀ ਚੜਾ ਲਓ, ਫਾਇਰ ਟਰੱਕ ਨੂੰ ਇਹਦੇ ਵਿੱਚ ਰੱਖ ਲਓ। ਨਹੀਂ ਕਹਿੰਦਾ ਇਹਨੂੰ, ਨੇ ਨੇ ਹੀ ਸਰ ਨੇ ਬਸ ਟਰੱਕ ਦਾ ਦਿਖਾ ਦੋ, ਟਰੱਕ ਬਲੂ ਕਲਰ ਦਾ ਟਰੱਕ ਅੰਕਲ ਦਾ। ਡੈਡੀ ਨੇ ਤਾਂ ਨਹੀਂ ਚਲਾਇਆ ਹੈਗਾ ਵੱਡਾ ਟਰਾਲਾ, ਟਰੱਕ ਦੇਖ ਲਾ, ਕੈਨੇਡਾ ਦੇ ਮੁੰਡੇ ਨੇ ਪਹਿਲੇ ਹੀ ਚਲਾ ਲਿਆ ਟਰੱਕ ਟ੍ਰੇਲਰ ਸਭ ਕੁਝ ਹੈ ਜੀ ਇਹਦਾ, ਆਪਾਂ ਤੇ ਉਹ ਕਰਨ ਲੱਗ ਗਿਆ ਕੰਬੀਨੇਸ਼ਨ ਬਣਾਉਣ ਲੱਗ ਗਿਆ। ਅੱਛਾ ਉਹ ਆ ਜਿਹੜਾ ਉਹ ਲੈ ਕੇ ਆਉਂਦੇ ਹੁੰਦੇ ਨੇ ਫਿਰ ਐਵੇਂ ਸੀਮੈਂਟ ਮਿੱਟੀ, ਹਾਂ ਹਾਂਜੀ ਹਾਂਜੀ, ਜਾਂ ਕੁਝ ਵੀ ਹੈ ਨਾ ਨੀਚੇ। ਇਹ ਉੱਥੇ ਅੰਗਦ ਖੇਡਦਾ ਨਹੀਂ ਸੀ ਇੱਕ ਜਵਾਕ ਨਾਲ? ਹਾਂਜੀ ਹਾਂਜੀ, ਉਹਦੇ ਕੋਲ ਇਹੀ ਜੀ ਇਹ ਮਿੱਟੀ, ਇਹ ਜੀ ਮਿੱਟੀ ਭਰਦਾ ਸੀਗਾ ਕਰੇਨ ਨਾਲ, ਮਿੱਟੀ ਭਰ ਸਕਦਾ ਹੁਣ ਇਹ। ਮੈਂ ਕਿਹਾ ਚੱਲ ਇਹ ਖੇਡ ਲਿਆ ਕਰੂਗਾ, ਤਾਂ ਹੀ ਮੈਂ ਲੈ ਕੇ ਆਇਆ ਮਿੱਟੀ ਖੇਡਣ ਵਾਸਤੇ। ਰੇਸਾਂ ਰੇਸਾਂ ਲੱਗ ਗਈਆਂ, ਹਾਏ ਮੇਰਾ ਤਾਂ ਵੱਡਾ ਟਰੱਕ ਆ ਭਾਈ। ਤੇ ਉਹ ਅੰਕਲ ਆ ਦੇਖ, ਅੰਕਲ ਆ ਦੇਖ ਹੁਣ ਉਹਦੇ ਵੱਲ ਜਾ, ਓ ਚਾਹ ਚੜ ਗਿਆ ਉਹਨੂੰ ਤਾਂ, ਹਾਏ ਪਤਾ ਨਹੀਂ ਲੱਗਦਾ ਵੀ ਪਹਿਲਾਂ ਕਿਹੜਾ ਚਲਾਵਾਂ। ਹੁਣ ਰੇਸਾਂ ਲਵਾਊਗਾ, ਸ਼ਾਇਦ ਰੇਸਾਂ ਲਵਾਊਗਾ, ਦੇਖੀਏ ਪਰ ਅਸੀਂ ਸੋਚਦੇ ਇਹਨੂੰ ਘੱਟ ਤੋਂ ਘੱਟ ਖਿਡੌਣੇ ਲਿਆ ਕੇ ਦਈਏ, ਤੇ ਇਹਦੇ ਕੋਲੇ ਘੱਟ ਹੀ ਨੇ, ਬਾਹਲੇ ਜ਼ਿਆਦਾ ਹੈ ਵੀ ਨਹੀਂ ਹੈਗੇ, ਕਿਉਂਕਿ ਬੱਚੇ ਇੱਕ ਦੋ ਦਿਨ ਹੀ ਖੇਡਦੇ ਆ ਫਿਰ ਐਵੇਂ ਪਏ ਰਹਿੰਦੇ ਆ। ਪਰ ਮੈਨੂੰ ਲੱਗਦਾ ਇਹਨਾਂ ਨਾਲੇ ਵੱਧ ਖੇਡ ਲਿਆ ਕਰੂਗਾ ਟਰੱਕ ਆ ਜਾਂ, ਕਿਉਂਕਿ ਇਹ ਮੋਰ ਲਾਈਕ ਬੋਇਜ਼ ਹੈ, ਇਹਦੇ ਵਿੱਚ ਇੰਟਰਸਟਡ ਹੁੰਦਾ। ਹਾਂਜੀ ਦੱਸ, ਹਾਂ ਤੈਨੂੰ ਸੋਹਣਾ ਲੱਗਿਆ, ਤੈਨੂੰ ਸੋਹਣਾ ਲੱਗਣਾ ਚਾਹੀਦਾ ਬਸ। ਹਾਏ ਕਿੰਨੇ ਨੋਣੇ ਨੋਣੇ, ਕੁਛ ਕਹਿੰਦਾ ਹੈ ਨਾ ਟਰੱਕ ਟਰੱਕ ਅੰਗਦ, ਸੇ ਟਰੱਕ, ਇਹਨੂੰ ਕਿਹੋ ਜੀ ਟਰੱਕ, ਟਰੱਕ ਆ ਗਿਆ, ਕਿੱਥੇ ਆ ਟਰੱਕ ਅੰਗਦ, ਸੇ ਟਰੱਕ।
ਕਦੇ ਕਦੇ ਕਹਿ ਦਿੰਦਾ ਵਿੱਚ ਵਿੱਚ ਹੁਣ ਕਹਿ ਲੈਂਦੀ ਆ ਵੀ ਤੂੰ ਕਹਿ ਰੈਡ ਬਲੂ ਕਲਰ ਯੈਲੋ ਬੋਲ ਹਨਾ ਤੇ ਇਹਨੂੰ ਥੋੜਾ ਜਿਹਾ ਜੱਕ ਪਈ ਹੋਈ ਉੱਥੇ ਉਹ ਆਪਦੀ ਜਾਨ ਦੇ ਵਿੱਚ ਕਹਿੰਦਾ ਹੁੰਦਾ ਰੈਡ 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 ਐਂ ਕਹੀ ਜਾਊਗਾ ਬਲੂ ਨੂੰ ਕਹੂਗਾ ਬੂ 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 ਟੇਢਾ ਰੱਖਣਾ ਆਪਾਂ ਤਾਂ ਇਹਦੇ ਵਿੱਚ ਫਿੱਟ ਹੋਊਗਾ ਠੀਕ ਆ ਫਿਰ ਆਪਾਂ ਡਾਲਾ ਜਾਂ ਥੱਲੇ ਸਿੱਟ ਲੈਣਾ ਤੇ ਇੱਕ ਆਹ ਖੜਾ ਦੋ ਚਾਹੇ ਪਹਿਲਾਂ ਖੜਾ ਦੇਣਾ ਫਿਰ ਟਰੱਕ ਭੱਜ ਗਿਆ ਭੱਜ ਗਿਆ ਅੰਗਦ ਨੂੰ ਇੰਨੀ ਆਦਤ ਆ ਨਾ ਜਿਵੇਂ ਖਾਣਾ ਜਾਂ ਕੁਛ ਵੀ ਕਰਨਾ ਜਿਵੇਂ ਸਨੈਕਸ ਤੇ ਉੱਥੇ ਖੜ ਕੇ ਇਹ ਕਰੂਗਾ ਕਲਿਪਸ ਨਹੀਂ ਆ ਉਹਨਾਂ ਨਾਲ ਵੀ ਉੱਥੇ ਖੇਡ ਕੇ ਉੱਥੇ ਖੜ ਕੇ ਖੇਡੀ ਜਾਂਦਾ ਹੁੰਦਾ ਟੀਵੀ ਅੱਗੇ ਤੂੰ ਬੈਗ ਲਾਉਣੀ ਹੁਣੇ ਸਿੱਖ ਲਈ ਰਵੀ ਚਾਚੇ ਨੂੰ ਤਾਂ ਤੈਨੂੰ ਔਖੀ ਲੱਗਦੀ ਆ ਟਰੱਕ ਦੀ ਬੈਗ ਲਾਉਣੀ ਤੂੰ ਨਾ ਸਿੱਖ ਲਈ ਤਾਂ ਹੀ ਤੈਨੂੰ ਟਰੱਕ ਲੈ ਕੇ ਦਿੱਤਾ ਹੁਣ ਆਪਾਂ ਨੂੰ ਪਾਰਕ 'ਚ ਲੈ ਕੇ ਚੱਲੀਏ ਬਾਅਦ 'ਚ ਲੈ ਚੱਲਾਂਗੇ ਬਾਅਦ 'ਚ ਲੈ ਜਾਵਾਂਗੇ ਜੀ ਮੈਂ ਤਾਂ ਕਹਿੰਦੀ ਹਾਂ ਹੁਣ ਰੇਤਾ ਜਿਹਾ ਠੰਡਾ ਹੋ ਗਿਆ ਹੁਣ ਹਾਂ ਇਹਨਾਂ ਹੁੰਦਾ ਸ਼ਾਮ ਨੂੰ ਠੰਡੀ ਹਵਾ ਚੱਲਦੀ ਹੁੰਦੀ ਹੈ ਸਵੇਰੇ ਲੈ ਕੇ ਜਾਵਾਂਗੇ ਇਹਨੂੰ ਹਾਂਜੀ ਸਵੇਰੇ ਧੁੱਪ ਜੀ ਦੇ ਵਿੱਚ ਲੈ ਜਾਵਾਂਗੇ ਤੇ ਧਿਆਨ ਨਾਲ ਦੇਖ ਲਿਆ ਸੀ ਕਾਰ ਦੀ ਦਸ ਵਿੱਚ ਕੋਈ ਹੋਰ ਤਾਂ ਨਹੀਂ ਹੈ ਬਾਕਸ ਦੇ ਵਿੱਚ ਉਹ ਵਾਲ ਕੇ ਨਿਕਲਿਆ ਬਾਪ ਦਾ ਬਿਲਡ ਆਂਬਈ ਹਾਂ ਬਾਪ ਦਾ ਬਿਲਡ ਸਾਰਾ ਦਿਨ ਭਾਂਡੇ ਖੰਡਾਉਂਦਾ ਰਹਿੰਦਾ ਮੈਂ ਇਹਨੂੰ ਹਾਏ ਮੈਂ ਮਰ ਜਾ ਟੁੱਟਦੀਆਂ ਨੇ ਫਿਰ ਚੀਜ਼ਾਂ ਉਹ ਪਾਇਆ ਟਰੱਕ ਸਿੱਟਦਾ ਦੇਖ ਪਿੱਛੇ ਪਿੱਛੇ ਆਈ ਜਾਂਦਾ ਚੀਜ਼ਾਂ ਨਾਲ ਜਵਾਕ ਹੋ ਗਏ ਕੁੱਤੇ ਬਿੱਲੇ ਅਸੀਂ ਚੀਜ਼ਾਂ ਨਾਲ ਜ਼ਿਆਦਾ ਖੇਡ ਕੇ ਖੁਸ਼ ਬੱਚੇ ਜੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਕਿੰਨੇ ਖੁਸ਼ ਹੁੰਦੇ ਆ ਆ ਜਾ ਬਾਹਰ ਹਾਂ ਤੂੰ ਛੋਟੇ ਜਿਹੇ ਘਰ 'ਚ ਰਹੀ ਜਾਂਦਾ ਆਪਦੇ 'ਚ ਆ ਜਾ ਸੋਨੀ ਓਏ ਫੇਰ ਚੱਲਿਆ ਤੂੰ ਅੰਦਰ ਹੈ ਸੋਨੀ ਚਿੜੀ ਫੇਰ ਚੱਲੀ ਅੰਦਰ ਆਏ ਹਾਏ ਆਏ ਹਾਏ ਆਏ ਹਾਏ ਜਵਾਕਾਂ ਦੇ ਜਵਾਕਾਂ ਵਾਲੇ ਕੰਮ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਖੁਸ਼ ਰਹਿੰਦੇ ਆ ਹਾਏ ਹਾਏ